ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਘਰ ਨੰਗਾ ਖੇਡ ਹੁਣ ਜਾਣ ਕੇ ਜੜੀ ਖੇ ਪੰਜਾਬ ਦਾ ਸੀਐਮ ਅਡਾਰਿਆ ਭਗਵੰਤ ਸਿੰਘ ਵਿਧਾਨ ਸਭਾ ਦੇ ਵਿੱਚ ਖੜ ਕੇ ਤੂੰ ਇੱਕ ਗੱਲ ਕਹੀ ਆ ਵੀ ਮੈਂ ਦਾੜੀਆਂ ਬੰਨਦਾ ਜਾਂ ਦਾੜੀਆਂ ਖੋਲ ਦੇਣੀ ਜਿਹੜੀ ਦਾੜੀ ਨਾਈ ਕੋ ਗਹਿਣੇ ਪਈ ਹੋਏ ਨਾ ਉਹ ਕਦੀ ਵੱਜਦੀ ਖੁੱਲਦੀ ਨਹੀਂ ਹੈਗੀ ਆਓ ਆਪਾਂ ਗੱਲ ਕਰਦੇ ਇਹਨੇ ਕਿਹਾ ਵਾ ਵੀ ਮੇਰੇ 'ਚ ਕੋਈ ਨੁਕਸ ਕੱਢ ਕੇ ਵਿਖਾ ਲੈ ਤੇਰੇ 'ਚ ਵੀ 100 ਨੁਕਸ ਨਿਕਲ ਜਾਣਗੇ ਪਰ ਆਪਾਂ ਤੈਨੂੰ ਇਹ ਨਹੀਂ ਕਵਾਂਗੇ ਵੀ ਤੂੰ ਮਾਤਾ ਦੀ ਝੂਠੀ ਸਹੁੰ ਖਾ ਕੇ ਮੁੱਕਰ ਗਿਆ ਸੀ ਅਸੀਂ ਤੈਨੂੰ ਇਹ ਨਹੀਂ ਕਵਾਂਗੇ ਤੂੰ ਸਰਬੱਤ ਖਾਲਸੇ ਦੇ ਵਿੱਚ ਦਾਰੂ ਪੀ ਕੇ ਚਲ ਗਿਆ ਸੀ ਉੱਥੋਂ ਭੱਜ ਕੇ ਬਚਿਆ ਅਸੀਂ ਤੈਨੂੰ ਇਹ ਨਹੀਂ ਕਵਾਂਗੇ ਵੀ ਤੂੰ ਤਲਵੰਡੀ ਸਾਹਿਬੋਂ ਵੀ ਦਾਰੂ ਪੀ ਕੇ ਚਲ ਗਏ ਇਹੋ ਜਿਹੀਆਂ ਗੱਲਾਂ ਨਹੀਂ ਕਵਾਂਗੇ ਪਰ ਜਿਹੜੇ ਪੰਜਾਬ ਨੂੰ ਤੂੰ ਰੂਲ ਕਰ ਰਿਹਾ ਵਾ ਪਿਛਲੇ 1.5 ਸਾਲ ਤੋਂ ਅਸੀਂ ਉਹਦੇ 'ਤੇ ਜ਼ਰੂਰ ਗੱਲ ਕਰਾਂਗੇ ਜਾਂ ਤਾਂ ਜਵਾਬ ਭਗਵੰਤ ਸਿੰਘ ਮਾਨ ਇਹੋ ਜਿਹੀਆਂ ਗੱਲਾਂ ਦੇ ਦਏ ਵੀ ਮੀਡੀਆ ਦੇ ਵਿੱਚ ਜਾਂ ਉਹਦੀਆਂ ਭੇਡਾਂ ਜਿਹੜੀਆਂ ਖੁਸ਼ ਹੁੰਦੀਆਂ ਉਹ ਦੇਣ ਵੀ ਪੰਜਾਬ ਦੇ ਸਿਰ ਪਿਛਲੇ 1.5 ਸਾਲ ਤੋਂ 45,000 ਕਰੋੜ ਦਾ ਕਰਜ਼ਾ ਕਿਵੇਂ ਚੜ ਗਿਆ ਕਿਹੜਾ ਰੋਡ ਇਨਫਰਾਸਟਰਕਚਰ ਇਹਨਾਂ ਨੇ ਡਿਵੈਲਪ ਕੀਤਾ ਵਾ ਕਿਹੜੀਆਂ ਇੰਡਸਟਰੀਆਂ ਇਹਨਾਂ ਨੇ ਨਵੀਆਂ ਲਿਆਂਦੀਆਂ ਕਿਹੜਾ ਪੰਜਾਬ ਦੇ ਵਿੱਚ ਰਿਸੈਸ਼ਨ ਆਇਆ ਸੀ ਜਿਹਦੇ ਕਰਕੇ 45,000 ਕਰੋੜ ਦਾ ਕਰਜ਼ਾ ਪੰਜਾਬ 'ਤੇ ਚੜ ਗਿਆ ਉਹ ਕਰਜ਼ਾ ਕਿਵੇਂ ਚੜਿਆ ਸਿਰਫ ਕਰਨਾਟਕਾ ਦੇ ਵਿੱਚ ਐਡਵਰਟਾਈਜ਼ਮੈਂਟਾਂ ਗੁਜਰਾਤ ਦੇ ਵਿੱਚ ਐਡਵਰਟਾਈਜ਼ਮੈਂਟਾਂ ਕਰਨ ਕਰਕੇ ਦੂਜੇ ਸੂਬਿਆਂ ਦੇ ਵਿੱਚ ਪੰਜਾਬ ਦੇ ਜਹਾਜ਼ ਦੇ ਝੂਟੇ ਕੱਢਣ ਕਰਕੇ ਖਰਚਾ ਵੱਧ ਗਿਆ ਪੰਜਾਬ ਦਾ ਸਾਰਾ ਮੀਡੀਆ ਜਿਸ ਤਰ੍ਹਾਂ ਕਹਿੰਦੇ ਹਾਂ ਵੀ ਅਸੀਂ ਜਿਹੜਾ ਇੰਡੀਅਨ ਮੀਡੀਆ ਵਾ ਉਹ ਮੋਦੀ ਹਰਾ ਖਰੀਦਿਆ ਪਿਆ ਵਾ ਪੰਜਾਬ ਦਾ ਸਾਰਾ ਮੀਡੀਆ ਤੂੰ ਇੱਕ ਚੈਨਲ ਵੱਲੋਂ ਕਹਿ ਰਿਹਾ ਵੀ ਇਹ ਬਾਦਲਾਂ ਦਾ ਚੈਨਲ ਆ PTC ਬਾਦਲਾਂ ਦਾ ਚੈਨਲ ਆ ਅਤੇ ਤੂੰ ਤਾਂ ਪੰਜਾਬ ਦੇ ਸਾਰੇ ਚੈਨਲ ਖਰੀਦੀ ਬੈਠਾ ਵਾ ਪੰਜਾਬ ਤੁਸੀਂ ਆਪ ਜਿਹੜੇ ਜੈਨੂਅਨ ਬੰਦੇ ਆ ਇੱਕ ਗੱਲ ਨੋਟ ਕਰੋ ਕਿਸੇ ਵੀ ਦੂਜੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਦੀ ਕੋਈ ਵੀਡੀਓ ਨਹੀਂ ਚਰਚਾ ਦੇ ਵਿੱਚ ਆਉਂਦੀ ਇਹਨਾਂ ਦੀਆਂ ਸਾਰੀਆਂ ਹੀ ਟੁੱਚੀਆਂ ਆਈ ਜਾਂਦੀਆਂ 45,000 ਕਰੋੜ ਦਾ ਕਰਜ਼ਾ ਇਹਨਾਂ ਗੱਲਾਂ ਕਰਕੇ ਚੜ ਗਿਆ ਵਾ ਇਹ ਬੰਦਾ ਕਹਿੰਦਾ ਸੀ ਵੀ ਮੈਂ ਸਿਕਿਉਰਿਟੀ ਨਹੀਂ ਲਵਾਂਗਾ ਪੁਰਾਣੇ CM ਜਿੰਨੇ ਵੀ ਹੋਏ ਆ ਉਹਨਾਂ 'ਚੋਂ ਸਭ ਤੋਂ ਵੱਧ ਸਿਕਿਉਰਿਟੀ ਇਹਨਾਂ ਦੇ ਕੋਲ ਆ ਇਹ ਬੰਦਾ ਦੂਜਿਆਂ ਨੂੰ ਟਿੱਚਰਾਂ ਕਰਦਾ ਸੀ ਵੀ ਇਹਨਾਂ ਕੋਲ ਸੋਨਾ ਕਿੱਥੋਂ ਆ ਰਿਹਾ ਵਾ ਇਹਨਾਂ ਕੋਲ ਹਾਰ ਸੋਨੇ ਦੇ ਕਿੱਥੋਂ ਆ ਰਿਹਾ ਅਤੇ ਸਭ ਤੋਂ ਵੱਧ ਜਿਹੜਾ ਸੋਨਾ ਵਾ ਇਹਦੇ ਪਰਿਵਾਰ ਨੇ ਪਾਇਆ ਹੁੰਦਾ ਵਾ ਇਹ ਬੰਦਾ ਕਹਿੰਦਾ ਹੁੰਦਾ ਸੀ ਵੀ ਸਰਪੰਚਾਂ ਦੀ ਤਨਖਾਹ ਲੱਗਣੀ ਚਾਹੀਦੀ ਆ ਅਤੇ ਅੱਜ ਸਰਪੰਚਾਂ ਦੀ ਤਨਖਾਹ ਕਿਉਂ ਨਹੀਂ ਲਾ ਰਿਹਾ ਲਾਏ ਸਰਪੰਚਾਂ ਦੀ ਤਨਖਾਹ ਵੀ ਇਹ ਸਿਰਫ ਜਦੋਂ ਸੱਤਾ 'ਚੋਂ ਬਾਹਰ ਹੀ ਇਹ ਗੱਲਾਂ ਉਦੋਂ ਹੀ ਹੁੰਦੀਆਂ ਸੀ ਇਹ ਕਹਿੰਦਾ ਸੀ ਵੀ ਜਿਹੜੇ ਨੀਂਹ ਪੱਥਰ ਬਣਦੇ ਆ ਇਹਨਾਂ ਦੇ ਉੱਪਰ ਜਿਹੜੇ ਮਜ਼ਦੂਰ ਬਣਾਉਂਦੇ ਆ ਉਹਨਾਂ ਦੇ ਨਾਂ ਲਿਖੇ ਹੋਣੇ ਚਾਹੀਦੇ ਆ ਕੀ ਭਗਵੰਤ ਸਿੰਘ ਮਾਨ ਮਜ਼ਦੂਰ ਆ ਨੀਂਹ ਪੱਥਰ ਬਣਾ ਰਿਹਾ ਹਰ ਇੱਕ ਨੀਂਹ ਪੱਥਰ 'ਤੇ ਇਹਦਾ ਨਾਮ ਹੈ ਕੀ ਕੇਜਰੀਵਾਲ ਮਜ਼ਦੂਰ ਆ ਇੱਟਾਂ ਲਾ ਕੇ ਗਿਆ ਉੱਥੇ ਕੇਜਰੀਵਾਲ ਦਾ ਪੰਜਾਬ ਦੇ ਨੀਂਹ ਪੱਥਰਾਂ 'ਤੇ ਕੇਜਰੀਵਾਲ ਦੇ ਨਾਂ ਚੜ੍ਹਿਆ ਪੰਜਾਬ ਵਿਧਾਨ ਸਭਾ ਦੇ ਤੂੰ ਨੁਕਸ ਕਿਹਾ ਨਾ ਨੁਕਸ ਇਹਨਾਂ ਗੱਲਾਂ ਦੇ ਜਵਾਬ ਦਿਓ ਹੁਣ ਜਿਹੜੇ ਰਾਜ ਸਭਾ ਦੇ ਮੈਂਬਰ ਆ ਪੰਜਾਬ 'ਚੋਂ ਨਹੀਂ ਪੰਜਾਬ ਮੈਂਬਰ ਪੰਜਾਬ ਦੇ ਤਾਂ ਚੁਣ ਕੇ ਦਿੱਲੀ 'ਚੋਂ ਭੇਜ ਰਹੇ ਹੋ ਕੀ ਪੰਜਾਬ ਦੇ ਵਿੱਚ ਕੋਈ ਕੈਪੇਬਲ ਬੰਦਾ ਨਹੀਂ ਹੈਗਾ ਪੰਜਾਬ ਦੇ ਵਿੱਚੋਂ ਕੀ ਰਾਜ ਸਭਾ ਮੈਂਬਰ ਪੰਜਾਬ 'ਚੋਂ ਨਹੀਂ ਚੁਣੇ ਜਾ ਸਕਦੇ ਰਾਜਸਥਾਨ ਨੂੰ ਜਿਹੜਾ ਪਾਣੀ ਪਹਿਲਾਂ ਘੱਟ ਜਾਂਦਾ ਸੀ ਉਹ ਤੁਹਾਡੇ ਆਉਂਦੇ ਆ ਜ਼ਿਆਦਾ ਕਰਤਾ ਸਿਰਫ ਰਾਜਸਥਾਨ ਦੀਆਂ ਵੋਟਾਂ ਕਰਕੇ ਉਹਦਾ ਜਵਾਬ ਕੌਣ ਦੇਵੇਗਾ ਹਰਿਆਣੇ 'ਚ ਜਾ ਕੇ ਕਹਿੰਦੇ ਹੋ ਵੀ SYL ਦਾ ਪਾਣੀ ਤੁਹਾਨੂੰ ਦੇਵਾਂਗੇ ਪੰਜਾਬ 'ਚ ਕਹਿੰਦੇ ਹੋ ਨਹੀਂ ਦੇਵਾਂਗੇ ਹਰਿਆਣੇ ਦੀਆਂ ਵੋਟਾਂ ਕਰਕੇ ਜਿਹੜਾ ਪਾਣੀ ਜਿੰਨਾ ਦੇ ਰਹੇ ਹੋ ਉਹਦੇ ਪੈਸੇ ਕਿੱਥੇ ਜਾ ਰਹੇ ਆ ਜਿਹੜੀ ਬਿਜਲੀ ਆ ਤੁਸੀਂ ਕਹਿ ਰਹੇ ਹੋ ਵੀ ਅਸੀਂ ਬਿਜਲੀ ਮਾਫ਼ ਕਰਤੀ 900 ਕਰੋੜ ਦੀ ਬਿਜਲੀ ਮਾਫ਼ ਕਰਕੇ 1240 ਕਰੋੜ ਰੁਪਇਆ ਤੁਸੀਂ ਪੈਟਰੋਲ ਦੇ ਪ੍ਰਾਈਜ਼ ਅੱਪ ਕਰਕੇ ਇਕੱਠਾ ਕਰ ਲਿਆ ਪੈਸਾ ਲੋਕਾਂ ਦਾ ਅਤੇ ਮਸ਼ਹੂਰੀ ਤੁਹਾਡੀ ਬਸ ਤੁਸੀਂ ਵੀ ਐਡਵਰਟਾਈਜ਼ਮੈਂਟ ਕਰੀ ਜਾਣੀ ਆ ਚੀਜ਼ ਦੀ ਮੀਡੀਆ ਦੇ ਵਿੱਚ ਬਣੇ ਰਹਿਣਾ ਪੰਜਾਬ ਦਾ ਸਾਰਾ ਮੀਡੀਆ ਤੁਸੀਂ ਖਰੀਦਿਆ ਪਿਆ ਵਾ ਵਿਧਾਨ ਸਭਾ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਇੱਕ ਚੈਨਲ ਕਿਉਂ ਲਾਈਵ ਟੈਲੀਕਾਸਟ ਕਰੇ ਸਹੀ ਆ ਉਹ ਗੱਲ ਵੀ ਇੱਕ ਨਾ ਕਰੇ ਸਾਰੇ ਕਰਨ ਵੀ ਜਿਹੜਾ ਮਰਜ਼ੀ ਕਰੇ ਸਾਡੇ ਵੱਲੋਂ ਕੋਈ ਚੱਕਰ ਨਹੀਂ ਪਰ ਦੂਜੀ ਗੱਲ ਵਿਧਾਨ ਸਭਾ ਦੇ ਵਿੱਚ ਜਿਹੜਾ ਜਦੋਂ ਦੂਜੀ ਵਿਰੋਧੀ ਧਿਰ ਦਾ ਲੀਡਰ ਕੋਈ ਬੋਲਦਾ ਉਹਦੇ ਵੱਲ ਕੈਮਰਾ ਨਹੀਂ ਵੱਜਦਾ ਅਤੇ ਜਦੋਂ ਤੁਹਾਡੇ ਧਿਰ ਦਾ ਕੋਈ ਵੀ ਲੀਡਰ ਬੋਲਦਾ ਉਹਦੇ ਮੂੰਹ 'ਤੇ ਕੈਮਰਾ ਹੁੰਦਾ ਪੂਰਾ ਇਹ ਭਾਈ ਕੀ ਇਹ ਮੀਡੀਆ ਨਹੀਂ ਖਰੀਦਿਆ ਸਭ ਨੂੰ ਪਤਾ ਵਾ ਜਿਸ ਤਰ੍ਹਾਂ ਇੰਡੀਅਨ ਮੀਡੀਆ ਖਰੀਦਿਆ ਮੋਦੀ ਹਰਾਂ ਉਵੇਂ ਪੰਜਾਬ ਦਾ ਮੀਡੀਆ ਤੁਸੀਂ ਖਰੀਦਿਆ ਪਿਆ ਹਰ ਇੱਕ ਚੀਜ਼ 'ਚ ਤੁਹਾਡੀ ਨਿਊਜ਼ ਪੰਜਾਬ ਦਾ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਬੀਆਂ ਕਰੋੜਾਂ ਰੁਪਈਆ ਦੇ ਟੈਕਸ ਪੇਅਰ ਬੰਦੇ ਸੀ ਜਿਨ੍ਹਾਂ ਨੂੰ ਸ਼ਰੇਆਮ ਗੋਲੀਆਂ ਮਾਰਤੀਆਂ ਤੁਹਾਡੇ ਲਾਅ ਐਂਡ ਆਰਡਰ ਕਰਕੇ ਆਏ ਦਿਨ ਲੁੱਟਾਂ ਕਸੁੱਟਾਂ ਹੋ ਰਹੀਆਂ ਤੁਹਾਡੇ ਮਤਲਬ ਵੀਕ ਲਾਅ ਐਂਡ ਆਰਡਰ ਕਰਕੇ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆਉਣ ਨੂੰ ਤਿਆਰ ਨਹੀਂ ਤੁਹਾਡੀਆਂ ਹਰਕਤਾਂ ਕਰਕੇ ਪੰਜਾਬ ਦੀ GST ਕਲੈਕਸ਼ਨ 1700-1800 ਕਰੋੜ 'ਤੇ ਰਹਿ ਗਈ ਹਰਿਆਣਾ ਸਾਡੇ ਤੋਂ ਛੋਟਾ ਸੂਬਾ ਵਾ ਉਹਦੀ GST ਕਲੈਕਸ਼ਨ ਆ ਜਿਹੜੀ 8,000 ਕਰੋੜ ਵੀ ਅੱਪ ਕਰ ਗਈ ਕੀ ਕਾਰਨ ਆ ਇਹਦੇ ਇਹਨਾਂ ਦੇ ਜਵਾਬ ਦਿਓ ਵੀ ਕਿਉਂ ਜਿਹੜੇ ਚਾਂਸਲਰ ਆ ਸਾਰੇ ਦਿੱਲੀ ਤੋਂ ਲਾਏ ਜਾ ਰਹੇ ਆ ਇਹਨਾਂ ਦੇ ਜਵਾਬ ਦਿਓ ਵੀ ਕਿਉਂ DGP ਸਾਰੇ ਪੁਆਇੰਟ ਦਿੱਲੀ ਵਾਲੇ ਕਰ ਰਹੇ ਆ ਇਹਨਾਂ ਦੇ ਜਵਾਬ ਦਿਓ ਵੀ ਕਿਉਂ ਹਰ ਇੱਕ ਫੈਸਲਾ ਰਾਘਵ ਚੱਡਾ ਕਰ ਰਿਹਾ ਕਿਉਂ CMO ਦਫ਼ਤਰ ਦੇ ਵਿੱਚ ਦਿੱਲੀ ਤੋਂ ਬੰਦੇ ਆਣ ਕੇ ਬੈਠੇ ਆ ਵੀ ਇਹਨਾਂ ਗੱਲਾਂ ਦੇ ਨੁਕਸ ਤੇ ਕੱਢਣ ਨੂੰ ਬੜੇ ਆ ਪਰ ਕੀ ਤੁਸੀਂ ਤੁਹਾਡਾ ਕੰਮ ਹੈ ਬਾਦਲ 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 ਕਰਨਾ ਇਹੋ ਕੰਮ ਹੈ ਤੁਹਾਡਾ ਪੰਜਾਬ ਦਾ CM ਤੁਹਾਨੂੰ ਇਹ ਕੰਮ ਲਈ ਬਣਾਇਆ ਅਤੇ ਇਹਨੇ ਲੋਕਾਂ ਦੀ ਨਬਜ਼ ਫੜੀ ਆ ਵੀ ਜਿਹੜਾ ਬੰਦਾ ਸੱਤਾ ਦੇ ਵਿੱਚ ਜ਼ਿਆਦਾ ਚਿਰ ਰਿਹਾ ਹੁੰਦਾ ਉਹਦੇ ਖਿਲਾਫ਼ ਮਟੀਰੀਅਲ ਵੀ ਬਹੁਤ ਹੁੰਦਾ ਵਾ
ਤੇ ਉਹ ਮਟੀਰੀਅਲ ਨੂੰ ਯੂਜ਼ ਕਰਕੇ ਇਹ ਲੋਕਾਂ ਦਾ ਜਿਹੜਾ ਮਤਲਬ ਵੀ ਲੋਕਾਂ ਦੇ ਮੈਂਟੈਲਿਟੀ ਚੇਂਜ ਕਰ ਰਿਹਾ ਵੀ ਦੇਖੋ ਜੀ ਮੈਂ ਉਹਨਾਂ ਨੂੰ ਇੱਦਾਂ ਕਰਤਾ ਮੈਂ ਤੇਰੇ ਤੋਂ ਪਹਿਲਾਂ 2003 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਇਹਨਾਂ ਦੀ ਕਾਂਗਰਸ ਦੀ ਇਹਨਾਂ ਨੇ ਬੜੇ ਐਕਸ਼ਨ ਲਏ ਸੀ ਬਾਦਲਾਂ ਤੇ ਫਿਰ ਇਹਦਾ ਮਤਲਬ ਵੀ ਕੈਪਟਨ ਸਹੀ ਸੀ ਜੇ ਤੇਰਾ ਕੰਮ ਆ ਇਹ ਤੇਰਾ ਕੰਮ ਸਹੀ ਆ ਤੇ ਫਿਰ ਉਹਨਾਂ ਦਾ ਵੀ ਸਹੀ ਸੀ ਉਦੋਂ ਇਹ ਕੰਮ ਲਈ ਤੈਨੂੰ ਸੀਐਮ ਨਹੀਂ ਬਣਾਇਆ ਸੀਐਮ ਬਣਾਇਆ ਤੈਨੂੰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਤੂੰ ਪੰਜਾਬ ਦੀ ਡਿਵੈਲਪਮੈਂਟ ਤੇ ਗੱਲ ਕਰ ਵੀ 1.5 ਸਾਲ ਦੇ ਵਿੱਚ ਤੂੰ ਕੀ ਕਰਤਾ ਮੈਰੀਟੋਰੀਅਲ ਸਕੂਲ ਆ ਜਿਹੜੇ ਉਹ ਤੂੰ ਆਪਣੇ ਨਾਲ ਲਈ ਜਾਣਾ ਉਹ ਵਿਖਾਲੀ ਜਾਂਦਾ ਜਦੋਂ ਦਿੱਲੀ ਤੋਂ ਕੋਈ ਆਉਂਦਾ ਜੀ ਆਹ ਵੇਖੋ ਜੀ ਪੰਜਾਬ ਦੇ ਸਕੂਲ ਉਹ ਵੀ ਸਕੂਲ ਅਕਾਲੀ ਦਲ ਦੀ ਗੌਰਮੈਂਟ ਦੇ ਵਿੱਚ ਬਣੇ ਆ ਤੁਸੀਂ ਪਤੰਗਬਾਜ਼ੀਆਂ ਉਡਾਈ ਜਾਂਦੇ ਹੋ ਵੀ 5 ਲੱਖ ਰੁਪਇਆ ਪਤੰਗਬਾਜ਼ ਨੂੰ ਦੇਵਾਂਗੇ ਤੇ 50,000 ਰੁਪਇਆ ਦੇ ਰਹੇ ਹੋ ਜਿਹੜਾ ਟੌਪ ਕਰ ਰਿਹਾ ਪਲੱਸ ਟੂ ਚੋਂ ਇਹਨਾਂ ਗੱਲਾਂ ਦੇ ਜਵਾਬ ਦੱਸੋ ਕੌਣ ਦੇਵੇਗਾ ਵੀ ਗੱਲ ਕਰੋ ਨਾ ਫੈਕਟ ਦੇ ਆਧਾਰ ਤੇ ਗੱਲ ਕਰੋ ਦੇਖ ਤੂੰ ਆ ਕਮੇਡੀਅਨ ਤੇ ਕਮੇਡੀਅਨ ਨੂੰ ਟੀਚਰਾਂ ਆਉਂਦੀਆਂ ਹੀ ਹੁੰਦੀਆਂ ਟੀਚਰਾਂ ਕਰਨ ਵਾਸਤੇ ਨੀ ਕਮੇਡੀ ਕਰਨ ਵਾਸਤੇ ਨੀ ਜਿਹੜੀ ਸਟੇਟ ਦਿੱਤੀ ਇਹ ਸਟੇਟ ਆ ਸਟੇਜ ਨੀ ਹੈਗੀ ਜਿੱਥੇ ਕਮੇਡੀ ਕਰੀ ਜਾਓ ਇਹਨਾਂ ਗੱਲਾਂ ਦੇ ਬਹੁਤ ਬਹੁਤ ਜਵਾਬ ਆ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਆ ਉਹ ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਕਰ ਰਿਹਾ ਪੰਜਾਬ ਦੇ ਨੌਜਵਾਨਾਂ ਤੇ NSA ਲਾ ਲਾ ਕੇ ਉਹਨਾਂ ਨੂੰ ਜੇਲ੍ਹਾਂ ਚ ਟੰਗਿਆ ਜਾ ਰਿਹਾ ਇਹਨਾਂ ਦੇ ਜਵਾਬ ਕੌਣ ਦੇਵੇਗਾ ਤੇ ਜਿਹੜਾ ਦੂਜੇ ਗੱਲ ਇਸ ਬੰਦੇ ਦੇ ਕਹਿਣ ਦੇ ਉੱਪਰ ਜਿਹੜੇ SGPC ਪ੍ਰਧਾਨ ਹੈ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਬੁਰਾ ਭਲਾ ਕਹਿ ਰਿਹਾ ਤੁਹਾਨੂੰ ਪਤਾ ਵਾ ਉਹ ਬੰਦਾ ਕੌਣ ਆ ਉਹ ਬੰਦਾ ਜਦੋਂ ਜਿਹੜੇ ਟਾਈਮ ਪ੍ਰਧਾਨ ਵੀ ਨਹੀਂ ਹੈਗਾ ਉਹ ਸਕੂਟਰ ਤੇ ਜਾਂਦਾ ਰਿਹਾ ਆਪਣੇ ਸਿੰਘਾਂ ਦੀਆਂ ਪੇਸ਼ੀਆਂ ਤੇ ਪੁਰਾਤਨ ਜਿਹੜੇ ਸਿੰਘ ਆ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਆ ਉਹਨਾਂ ਦੇ ਉਹ ਬੰਦਾ ਕੇਸ ਲੜਦਾ ਰਿਹਾ ਵਾ ਜਿਹੜੇ ਡਿਬੜੂਗੜ੍ਹ ਸਿੰਘ ਡੱਕੇ ਆ ਉਹਨਾਂ ਦੀ ਪੈਰਵਾਈ ਕੌਣ ਕਰ ਰਿਹਾ ਕੀਤੀ ਕਿਸੇ ਨੇ ਸ਼੍ਰੋਮਣੀ ਕਮੇਟੀ ਕਰ ਰਹੀ ਆ ਪੁਰਾਣੇ ਬੰਦੀ ਸਿੰਘਾਂ ਦੀ ਪੈਰਵਾਈ ਕੌਣ ਕਰ ਰਿਹਾ ਸ਼੍ਰੋਮਣੀ ਕਮੇਟੀ